ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਕੀ ਸੋਭਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ 'ਤੇ ਵੱਡਾ ਇਕੱਠ ਕਰ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹਦੇ ਬਾਰੇ ਤਾਂ ਆਮ ਸੰਗਤ ਨੂੰ ਪਤਾ, ਪਰ ਵਿਸਾਖੀ ਕਦੋਂ ਤੋਂ ਗੁਰੂ ਘਰ ਦੇ ਵਿੱਚ ਮਨਾਉਣੀ ਸ਼ੁਰੂ ਹੋਈ? ਪਹਿਲੀ ਵਾਰ ਵਿਸਾਖੀ ਗੁਰੂ ਘਰ ਦੇ ਵਿੱਚ ਕਦੋਂ ਮਨਾਈ ਗਈ? ਕਿਹੜੇ ਗੁਰੂ ਸਾਹਿਬਾਨ ਦੇ ਸਮੇਂ? ਇਹਦੇ ਬਾਰੇ ਬਹੁਤਾਤ ਸੰਗਤ ਨੂੰ ਪਤਾ ਨਹੀਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਦੇ ਬਾਰੇ ਗੱਲ ਕਰਾਂਗੇ। ਤੀਸਰੇ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸਤਿਗੁਰਾਂ ਦੇ ਪਰਮ ਸੇਵਕ ਹੋਏ ਆ ਭਾਈ ਪਾਰੋ ਜੁਲਕਾ ਜੀ। ਇਹ ਡੱਲੇ ਪਿੰਡ ਦੇ ਰਹਿਣ ਵਾਲੇ ਸੀ, ਜੋ ਸੁਲਤਾਨਪੁਰ ਦੇ ਨੇੜੇ ਆ। ਗੁਰੂ ਘਰ ਦੇ ਨਾਲ ਭਾਈ ਪਾਰੋ ਜੀ ਦਾ ਬੜਾ ਗੂੜਾ ਰਿਸ਼ਤਾ ਹੈ, ਅੰਦਰੋਂ ਵੀ ਅਤੇ ਬਾਹਰੋਂ ਸਰੀਰਕ ਤੌਰ 'ਤੇ ਵੀ। ਭਾਈ ਪਾਰੋ ਜੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਪਰਮਹੰਸ ਦੀ ਉਪਾਧੀ ਦਿੱਤੀ ਸੀ। ਭਾਈ ਪਾਰੋ ਜੀ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਵੀ ਆ। ਇੱਕ ਦਿਨ ਭਾਈ ਪਾਰੋ ਜੀ ਉਹਨਾਂ ਨੇ ਕੁਝ ਮੁਖੀ ਸਿੱਖਾਂ ਦੇ ਨਾਲ ਸਲਾਹ ਕੀਤੀ ਅਤੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਹੋਏ। ਸਾਰੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਵੈਸੇ ਤਾਂ ਸੈਂਕੜੇ ਹਜ਼ਾਰਾਂ ਦੀ ਸੰਗਤ ਰੋਜ਼ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਆਉਂਦੀ ਆ ਅਤੇ ਨਿਹਾਲ ਹੁੰਦੀ, ਪਰ ਅਸੀਂ ਅੱਜ ਸਲਾਹ ਕੀਤੀ ਹੈ ਅਤੇ ਸੋਚਿਆ ਹੈ ਕਿ ਸਾਲ ਦੇ ਵਿੱਚ ਕੋਈ ਇੱਦਾਂ ਦਾ ਖਾਸ ਇੱਕ ਦਿਨ ਚੁਣਿਆ ਜਾਵੇ ਜਦੋਂ ਸਮੂਹ ਸੰਗਤ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਜਾਵੇ, ਸਾਰੀ ਸੰਗਤ ਇਕੱਤਰ ਹੋਵੇ। ਇਹਦੇ ਨਾਲ ਇੱਕ ਤਾਂ ਸਾਰੀ ਸੰਗਤ ਨੂੰ ਇਕੱਠਾ ਉਪਦੇਸ਼ ਮਿਲੂਗਾ ਅਤੇ ਸੌਖਾ ਹੋਊ, ਦੂਸਰਾ ਗੁਰੂ ਚਰਨਾਂ ਦਾ ਪਿਆਰ ਪੈਦਾ ਹੋਊ, ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਜਾਣ ਪਛਾਣ ਹੋਵੇਗੀ, ਸਿੱਖਾਂ ਦਾ ਆਪਸੀ ਭਾਈਚਾਰਾ ਵਧੂ, ਸਿੱਖੀ ਦੇ ਵਿੱਚ ਹੋਰ ਪਿਆਰ ਵਧੂਗਾ, ਫਿਰ ਸੇਵਾ ਦਾ ਵੀ ਵੱਡਾ ਕੁੰਭ ਲੱਗੂ, ਸਾਰਿਆਂ ਨੂੰ ਸੇਵਾ ਕਰਨ ਦਾ ਸਮਾਂ ਵੀ ਮਿਲੂ, ਹੋਰ ਵੀ ਮਹਾਰਾਜ ਇਹਦੇ ਕਈ ਲਾਭ ਹੋਣਗੇ। ਇਸ ਕਰਕੇ ਸਾਡੀ ਬੇਨਤੀ ਆ ਕਿ ਕੋਈ ਇੱਦਾਂ ਦਾ ਦਿਨ ਚੁਣ ਕੇ ਤੁਸੀਂ ਕਿਰਪਾ ਕਰੋ ਜਦੋਂ ਸਾਰੀ ਸੰਗਤ ਇਕੱਤਰ ਹੋਵੇ। ਭਾਈ ਪਾਰੋ ਜੁਲਕਾ ਜੀ ਦੀ ਇਹ ਬੇਨਤੀ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਖੁਸ਼ ਹੋਏ ਅਤੇ ਸਤਿਗੁਰਾਂ ਨੇ ਕਿਹਾ, ਭਾਈ ਪਾਰੋ ਤੁਸੀਂ ਧੰਨ ਹੋ, ਤੁਹਾਡੀ ਸਿੱਖੀ ਧੰਨ ਹੈ, ਤੁਸੀਂ ਪਰ ਉਪਕਾਰ ਦੇ ਵਾਸਤੇ, ਸਿੱਖੀ ਦੇ ਭਲੇ ਦੇ ਵਾਸਤੇ ਸੋਚਦੇ ਹੋ। ਭਾਈ ਪਾਰੋ, ਅਸਲ ਦੇ ਵਿੱਚ ਸਾਡੇ ਵੀ ਮਨ ਦੀ ਇਹ ਇੱਛਾ ਸੀ ਅਤੇ ਅਸੀਂ ਵੀ ਇਹ ਸੋਚ ਰਹੇ ਸੀ ਕੋਈ ਇੱਦਾਂ ਦਾ ਦਿਨ ਚੁਣਿਆ ਜਾਵੇ, ਅਤੇ ਅਸੀਂ ਇਹ ਦਿਨ ਸੋਚਿਆ ਹੈ ਇੱਕ ਵਿਸਾਖ ਦਾ, ਵਿਸਾਖੀ ਵਾਲੇ ਦਿਨ ਦਾ ਇਹ ਦਿਨ ਦੀ ਅਸੀਂ ਚੋਣ ਕੀਤੀ ਹੈ। ਮਹਿਮਾ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ, ਜੋ ਤੁਮ ਚਿਤਵੀ ਮਮ ਚਿਤ ਸੋਈ, ਵਿਸੋਏ ਕੇ ਦਿਨ ਆਵੇ ਸਭ ਕੋਈ। ਵਿਸੋਏ ਕਹਿੰਦੇ ਨੇ ਵਿਸਾਖੀ ਨੂੰ, ਵਿਸਾਖੀ ਵਾਲੇ ਦਿਨ ਦਾ ਦਿਨ ਚੁਣਿਆ ਗਿਆ ਹੈ। ਇਹ ਦਿਨ ਸਾਰੀ ਸੰਗਤ ਇਕੱਤਰ ਹੋਵੇ, ਸਾਰੀ ਸਿੱਖ ਸੰਗਤ ਨੂੰ ਚਿੱਠੀਆਂ ਲਿਖ ਕੇ ਸੁਨੇਹੇ ਭੇਜ ਦਿਓ ਕਿ ਵਿਸਾਖੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਗੋਇੰਦਵਾਲ ਸਾਹਿਬ ਪਹੁੰਚਣ ਦਾ ਸਤਿਗੁਰੂ ਮਹਾਰਾਜ ਦਾ ਹੁਕਮ ਹੈ। ਗੁਰੂ ਹੁਕਮ ਨੂੰ ਸੁਣ ਕੇ ਭਾਈ ਪਾਰੋ ਜੁਲਕਾ ਜੀ ਨੇ ਉਸੇ ਵੇਲੇ ਚਿੱਠੀਆਂ ਲਿਖੀਆਂ ਅਤੇ ਸਿੱਖਾਂ ਦੇ ਹੱਥ ਦੂਰ ਦੂਰ ਸਾਰੀ ਸੰਗਤ ਨੂੰ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਸਦੀ ਸੀ, ਸਾਰਿਆਂ ਨੂੰ ਚਿੱਠੀਆਂ ਭੇਜੀਆਂ ਕਿ ਵਿਸਾਖੀ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਗੋਇੰਦਵਾਲ ਜ਼ਰੂਰ ਪਹੁੰਚਣਾ। ਜਿਨ੍ਹਾਂ ਨੇ ਵੀ ਇਹ ਚਿੱਠੀਆਂ ਪੜ੍ਹੀਆਂ ਸੁਣੀਆਂ, ਸੰਗਤ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ, ਸਾਰੀ ਸਿੱਖ ਸੰਗਤ ਵਿਸਾਖੀ ਵਾਲੇ ਦਿਨ ਇਕੱਤਰ ਹੋਈ। ਇਹ ਪਹਿਲਾ ਇਕੱਠ ਸੀ ਗੋਇੰਦਵਾਲ ਸਾਹਿਬ ਜੋ ਵਿਸਾਖੀ ਦੇ ਦਿਨ 'ਤੇ ਹੋਇਆ। ਸੰਗਤ ਦੇ ਵਿੱਚ ਬੜਾ ਭਾਰੀ ਉਤਸ਼ਾਹ ਸੀ। ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੋਇੰਦਵਾਲ ਦੇ ਵਿੱਚ ਰਹਿ ਕੇ ਸੇਵਾ ਨਿਭਾ ਰਹੇ ਆ, ਸਾਰੀ ਸੰਗਤ ਦਾ ਧਿਆਨ ਰੱਖਦੇ ਨੇ। ਭਾਈ ਪਾਰੋ ਜੁਲਕਾ ਜੀ ਹੋਣੀ ਅਤੇ ਹੋਰ ਜਿਹੜੇ ਮੁਖੀ ਸਿੱਖ ਨੇ, ਉਹਨਾਂ ਸਾਰੀ ਆਈ ਹੋਈ ਸੰਗਤ ਦੀ ਹਰ ਤਰ੍ਹਾਂ ਦੀ ਸੇਵਾ ਕੀਤੀ, ਰਿਹਾਇਸ਼ ਦਾ ਪ੍ਰਬੰਧ, ਲੰਗਰ ਪਾਣੀ ਦਾ, ਇਸ਼ਨਾਨ ਦਾ, ਲੀੜੇ ਕੱਪੜੇ ਦਾ, ਸਭ ਕੁਝ। ਇੱਥੋਂ ਸਿੱਖ ਜਗਤ ਦੇ ਵਿੱਚ ਵਿਸਾਖੀ ਦੇ ਦਿਨ ਦੀ ਆਰੰਭਤਾ ਹੋਈ। ਇਹ ਪਹਿਲੀ ਵਾਰ ਸੀ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਨਾਲ ਗੋਇੰਦਵਾਲ ਸਾਹਿਬ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਇਹ ਤੋਂ ਪਹਿਲਾਂ ਸਿੱਖ ਜਗਤ ਦੇ ਵਿੱਚ, ਗੁਰੂ ਘਰ ਦੇ ਵਿੱਚ
विसाखी का दिहाड़ा नहीं सी मनाया जाता। समय के नाल ये दिहाड़े का इतिहास अगे अगे वधदा गया ते बहुत लंबा चौड़ा इतिहास इस दिन दे नाल जुड़िया होया है। इस दिन नूं ही कलगीधर पिता महाराज जी ने विशेष महानता देंदिया भारी इकट्ठ सद्या ते खालसा पंथ की साजना की। प्रिंसीपल सतबीर सिंह जी के अनुसार धन गुरु अमरदास महाराज जी वल्लों ये पहली विसाखी 1558 नूं मनाई गई सी। तुहानूं साडी ये जानकारी किवें दी लगी कमेंट करके जरूर दस्यो। इदां दियां होर वीडियो सुनन दे वास्ते साडे चैनल ताकि सोभा दे नाल जुड़े रहो। धन्यवाद।